ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਹੈ ਜੀ। ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਜੱਫੀ ਅਤੇ ਉਸ ਤੋਂ ਬਾਅਦ ਜਿਹੜੀ ਸਿਆਸਤ ਭੱਖੀ ਉਹਨੂੰ ਲੈ ਕੇ ਅੱਜ ਵਿਚਾਰ ਵਟਾਂਦਰਾ ਸਾਡਾ ਬਦਸਤੂਰ ਜਾਰੀ ਹੈ ਅਤੇ ਮੈਂ ਹੁਣ ਫੋਨ 'ਤੇ ਤੁਹਾਨੂੰ ਤਾਰੁਫ ਕਰਾਉਣਾ ਚਾਹੁੰਦਾ ਜੋ ਸ਼ਖਸੀਅਤ ਮੇਰੇ ਨਾਲ ਇਸ ਟਾਈਮ ਫੋਨ ਲਾਈਨ ਦੇ ਵਿੱਚ ਮੌਜੂਦ ਨੇ, ਸੁਖਦੇਵ ਸਿੰਘ ਵਾਲੀਆ, ਜੋ ਕਿ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਉਹਨਾਂ ਦੇ ਪ੍ਰੋਸੈਸ ਨੂੰ ਲੈ ਕੇ ਉਹਨਾਂ ਨੇ ਕਈ ਪੱਤਰ ਜਿਹੜੇ ਨੇ ਉਹ ਪਾਕਿਸਤਾਨ, ਇੰਡੀਆ ਅਤੇ ਪੰਜਾਬ ਦੇ ਤਮਾਮ ਲੀਡਰਸ ਨੂੰ ਲਿਖੇ ਹਨ। ਉਸ ਤੋਂ ਇਲਾਵਾ ਇਹਨਾਂ ਨੇ ਨਿੱਕੀ ਆਰ ਹੈਲੀ ਜੋ ਕਿ ਅੰਬੈਸਡਰ ਨੇ UN ਦੇ, ਉਹਨਾਂ ਨੂੰ ਵੀ ਇਹਨਾਂ ਨੇ ਲਿਖਿਆ, ਕਈ ਵਾਰ ਪੱਤਰ ਲਿਖ ਚੁੱਕੇ ਨੇ। ਕੈਨੇਡੀਅਨ ਲੀਡਰਸ ਨੂੰ ਲਿਖ ਚੁੱਕੇ ਨੇ, ਸਾਊਦੀ ਕਿੰਗ ਜਿਹੜੇ ਨੇ ਅੰਬੈਸੀ ਦੇ ਉਹਨਾਂ ਨੂੰ ਵੀ ਲਿਖ ਚੁੱਕੇ ਨੇ, ਔਰ RTIs ਇਹਨਾਂ ਨੇ ਇਸ ਮੁਤਲਕ ਜਿਹੜੀ ਆ ਉਹ ਭਾਰਤ ਦੇ ਵਿੱਚ ਵੀ ਕੱਢੀ ਹੈ ਕਿ ਆਖਿਰਕਾਰ ਜਿਹੜਾ 2010 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਰੈਜ਼ੋਲਿਊਸ਼ਨ ਪਾਸ ਹੋਇਆ ਸੀਗਾ ਉਸ ਦੇ ਆਖਿਰਕਾਰ ਹਜੇ ਤੱਕ ਕਿੱਥੇ ਤੱਕ ਗੱਲ ਪਹੁੰਚੀ ਹੈ ਅਤੇ ਸਾਰੀ ਗੱਲਾਂ ਦੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਕਰਤਾਰਪੁਰ ਸਾਹਿਬ ਦਾ ਕੋਰੀਡੋਰ ਸਿੱਖ ਕੌਮ ਦੇ ਲਈ ਕਿਸ ਤਰੀਕੇ ਦਾ ਯੋਗਦਾਨ ਪਾ ਸਕਦਾ ਹੈ ਔਰ ਕਿਸ ਤਰੀਕੇ ਨਾਲ ਅਹਿਮ ਭੂਮਿਕਾ ਸਾਬਿਤ ਹੋ ਸਕਦਾ ਹੈ ਕਰਤਾਰਪੁਰ ਕੋਰੀਡੋਰ ਸਾਹਿਬ। ਸਤਿ ਸ਼੍ਰੀ ਅਕਾਲ ਸੁਖਦੇਵ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਦੇਵ ਸਿੰਘ ਵਾਲੀ ਜੀ, ਮੈਂ ਜਾਣਨਾ ਚਾਹਾਂਗਾ ਤੁਹਾਡਾ ਅੱਜ ਤੱਕ ਦਾ ਸਫ਼ਰ ਜੋ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈ ਕੇ ਜੋ ਤੁਸੀਂ ਰੱਖਿਆ ਔਰ ਜੋ ਤਜਵੀਜ਼ ਵੀ ਨਵਜੋਤ ਸਿੰਘ ਸਿੱਧੂ ਨੂੰ ਜਾ ਕੇ ਆਰਮੀ ਚੀਫ ਨੂੰ ਉੱਥੇ ਰੱਖੀ, ਕੀ ਕਹਿਣਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਹਰਕੀਰਤ ਜੀ, ਬਹੁਤ ਇਹ ਸੀਰੀਅਸ ਇਸ਼ੂ ਹੈਗਾ, ਸਭ ਤੋਂ ਪਹਿਲਾਂ ਮੈਂ ਇੱਥੋਂ ਸ਼ੁਰੂ ਕਰਦਾ ਕਿ ਅੱਜ ਪੁਆਇੰਟ ਇਹ ਮੇਨ ਪੁਆਇੰਟ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਜੀ ਦੀ ਕਿ ਸਿੱਖਾਂ ਦੀ ਅਗਨੀ ਪ੍ਰੀਖਿਆ ਕਦੋਂ ਖਤਮ ਹੋਊ ਜੀ, ਫੋਰ ਹਗਿੰਗ ਸਮਵਨ ਹੂ ਐਗਰੀਸ ਟੂ ਓਪਨ ਐਕਸੈਸ ਟੂ ਗੁਰੂ ਨਾਨਕ ਜੀ ਹਾਊਸ ਮੇਕਸ ਅਸ ਗਦਾਰ, ਮਤਲਬ ਇਹ ਚੀਜ਼ ਸਾਨੂੰ ਗਦਾਰ ਬਣਾ ਦਿੰਦੀ ਹੈ ਜੀ। ਅੱਜ ਮੈਂ ਸਾਰੀ ਨਾਨਕ ਨਾਮਲੇਵਰ ਸੰਗਤ ਨੂੰ ਪੁੱਛਣਾ ਚਾਹੁੰਦਾ ਹੈ ਕਿ ਵੀ ਸਾਰੇ ਦੱਸੋ ਕਿ ਜਿਹੜਾ ਸੰਗਤ ਦੀ ਅਰਦਾਸ ਪੂਰੀ ਕਰਨ ਵਿੱਚ ਮਦਦ ਕਰੇ ਜੀ, ਉਹਨੂੰ ਖੁਸ਼ੀ ਵਿੱਚ ਪਾਈ ਜੱਫੀ ਗਦਾਰੀ ਹੈ ਜੀ? ਅਸੀਂ ਰੋਜ਼ ਅਰਦਾਸ ਕਰਦੇ ਹਾਂ ਕਿ ਜਿਹੜੇ ਗੁਰਦੁਆਰੇ ਗੁਰਧਾਮਾਂ ਤੋਂ ਅੱਜ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਦੀ ਮਤਲਬ ਖਾਲਸਾ ਜੀ ਨੂੰ ਕਿਰਪਾ ਬਖਸ਼ੀ ਜਾਏ ਜੀ ਜੀ। ਤੇ ਦੱਸੋ ਸਭ ਤੋਂ ਵੱਡਾ ਅੱਜ ਇਸ਼ੂ ਇਹ ਹੈ ਜੀ 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 ਕਿ ਸਿਰਫ ਅਸੀਂ ਇੱਕ ਕੋਰੀਡੋਰ ਮੰਗ ਰਹੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਗੁਰਪੁਰਬ ਆ ਰਿਹਾ ਅਗਲੇ ਸਾਲ, ਉਹ ਵੀ ਕੋਈ ਸਾਨੂੰ ਪਰਮਾਨੈਂਟ ਕੋਰੀਡੋਰ ਨਹੀਂ ਮਿਲ ਰਿਹਾ, ਕੋਈ 15 ਦਿਨ ਜਾਂ ਵੱਧ ਤੋਂ ਵੱਧ ਮਹੀਨੇ ਦੇ ਲਈ ਅਸੀਂ ਮੰਗ ਰਹੇ ਹਾਂ ਕਿ ਵੀ ਉਹਨੂੰ ਖੋਲਿਆ ਜਾਏ ਜੀ ਜੀ। ਤੇ ਸੁਖਦੇਵ ਜੀ, ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਗੱਲ ਹੈ ਇਹ ਨਵਜੋਤ ਸਿੰਘ ਸਿੱਧੂ ਪੂਰੇ ਕਰਨ ਪਾਣਗੇ, ਇਹ ਤਾਂ ਕੇਂਦਰ ਸਰਕਾਰ ਨੂੰ ਵਚਨਬੰਧ ਹੋਣਾ ਚਾਹੀਦਾ, ਉਹਨਾਂ ਨੂੰ ਸੋਚਣਾ ਚਾਹੀਦਾ ਇਸ ਮੁਤਲਕ, ਨਰਿੰਦਰ ਮੋਦੀ ਨੂੰ ਸੋਚਣਾ ਚਾਹੀਦਾ, ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ, ਨਵਜੋਤ ਸਿੰਘ ਸਿੱਧੂ ਕੀ ਕਰ ਪਾਣਗੇ ਇਸ ਦੇ ਵਿੱਚ? ਨਵਜੋਤ ਸਿੰਘ ਸਿੱਧੂ ਜੀ ਜੋ ਕਰ ਸਕਦੇ ਹੈ ਉਹ ਆਪਣੀ ਪਰਸਨਲ ਫਰੈਂਡਸ਼ਿਪ ਜੀ, ਖਾਸ ਇਮਰਾਨ ਖਾਨ ਸਾਹਿਬ ਦੇ ਨਾਲ ਆਪਣੀ ਪਰਸਨਲ ਫਰੈਂਡਸ਼ਿਪ ਕਰਕੇ ਜੀ, ਉਹ ਇੱਕ ਸੋਰਟ ਆਫ ਜਿਹਨੂੰ ਆਪਾਂ ਕਹਿ ਲਈਏ ਕਿ ਉਹ ਸੋਰਟ ਆਫ ਯੈਸ ਉਹਨਾਂ ਨੇ ਕਰ ਦਿੱਤੀ ਹੈ, ਦੇ ਹੈਵ ਟੇਕਨ ਦ ਫਸਟ ਸਟੈਪ ਜੀ। ਤੇ ਜਿਵੇਂ ਇਮਰਾਨ ਖਾਨ ਸਾਹਿਬ ਨੇ ਕਿਹਾ ਸੀਗਾ ਕਿ ਵੀ ਇੱਕ ਕਦਮ ਤੁਸੀਂ ਵਧਾਓ ਅਸੀਂ ਦੋ ਚੱਲਣ ਨੂੰ ਤਿਆਰ ਹੈ ਜੀ, ਤੇ ਉਹਨਾਂ ਨੇ ਤਾਂ ਕਦਮ ਵੀ ਆਪ ਹੀ ਵਧਾ ਤਾ ਜੀ ਜੀ। ਮੈਂ ਇਹਨਾਂ ਦੇ ਵਾਈਫ ਮੈਡਮ ਨਵਜੋਤ ਕੌਰ ਸਿੱਧੂ ਨੂੰ ਪਿਛਲੇ 28 ਸਾਲਾਂ ਤੋਂ ਇਸ ਕਰਤਾਰਪੁਰ ਸਾਹਿਬ ਮੁੱਦੇ ਦੇ ਬਾਰੇ ਇਹਨਾਂ ਨਾਲ ਗੱਲ ਚੱਲ ਰਹੀ ਹੈ ਮੇਰੀ ਕਿ ਵੀ ਅਸੀਂ ਜਦ ਸਿੱਧੂ ਜੀ ਪੰਜਾਬ ਆਉਣਗੇ ਉਸ ਵੇਲੇ ਤਾਂ ਆਏ ਵੀ ਨਹੀਂ ਸੀਗੇ ਕਿ ਅਸੀਂ ਇਹ ਕੰਮ ਕਰਵਾਉਣਾ ਹੈ। ਉਸ ਤੋਂ ਬਾਅਦ ਜਦ ਇਮਰਾਨ ਜੀ ਦੀ ਇਲੈਕਸ਼ਨ ਚੱਲ ਰਹੀ ਸੀਗੀ ਖਾਨ ਸਾਹਿਬ ਦੀ, ਮੈਂ ਪਹਿਲਾਂ ਹੀ ਕਹਿਣਾ ਸ਼ੁਰੂ ਕਰਤਾ ਕਿ ਮੈਂ ਦੇਖੋ ਜੀ ਮੈਂ ਟ੍ਰੈਂਡਸ ਨੂੰ ਫੋਲੋ ਕਰ ਰਿਹਾ ਤੇ ਇਹ ਹੁਣ ਮੈਨੂੰ ਲੱਗਦਾ ਕਿ ਵੀ ਇਹ ਕੰਮ ਹੁਣ ਹੋ ਜੂਗਾ ਜੀ 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 ਜੀ। Do you have any questions in your mind you can ask to Sukhdev? ਨਹੀਂ ਐਗਜੈਕਟਲੀ, ਹੁਣ ਇਸ ਤੋਂ ਡਿਪਲੋਮੈਟਿਕ ਲੈਵਲ 'ਤੇ ਕੀ ਗੱਲ ਹੋਣੀ ਚਾਹੀਦੀ ਹੈ? ਬੋਲੋ, ਅਲੋਨ ਨਵਜੋਤ ਸਿੰਘ ਸਿੱਧੂ ਕੈਨ ਨਾਟ ਡੂ ਐਨੀਥਿੰਗ ਔਰ ਹੀ ਕੈਨ ਜਸਟ ਪੁੱਟ ਫਾਰਵਰਡ, ਹੀ ਕੈਨ ਪੁੱਟ ਫਾਰਵਰਡ ਦਾ ਪ੍ਰਪੋਜ਼ਲ ਕਰ ਪਾਣਗੇ ਜੀ। ਇਹਦੇ ਵਿੱਚ ਆਲਰੇਡੀ ਮੈਂ ਪਿਛਲੇ ਨੀਅਰਲੀ 4 ਇਅਰਸ ਤੋਂ ਲੱਗਿਆ ਹੋਇਆ ਜੀ, ਮੈਂ ਆਈ ਹੈਵ ਕੰਟੈਕਟਡ ਆਨਰੇਬਲ ਮੈਮ ਨਿੱਕੀ ਰੰਧਾਵਾ ਹੇਲੀ, ਉਹ ਇਸ ਦਾ USA's ਅੰਬੈਸਡਰ ਟੂ UN ਜੀ। ਅਗਰ ਕੋਈ ਕੰਮ ਅੱਜ ਸਾਡੇ ਸਿੱਖਾਂ ਕੋਲ ਬਹੁਤ ਵਧੀਆ ਮੌਕਾ ਹੈ ਕਿ ਦਿਸ ਥਿੰਗ ਇਜ਼ ਔਨ ਦ ਵਰਜ, ਮਤਲਬ ਵੀ ਆਰ ਔਨ ਦ ਵਰਜ ਆਫ ਅਚੀਵਿੰਗ ਦਿਸ, ਜਿਹੜਾ ਕੋਰੀਡੋਰ ਕੀ ਹਾਫ ਸੈਂਚੀ ਤੋਂ ਖੁੱਲਿਆ ਨਹੀਂ ਹੈ, ਅਗਰ ਅੱਜ ਕੋਈ ਕੰਮ ਕਰ ਸਕਦਾ ਹੈ ਤੇ ਸਿਰਫ ਉਹ
ਐਡਮਿਨਿਸਟ੍ਰੇਸ਼ਨ ਦੀ ਗੱਲ ਨਾ। ਸੋ ਵਾਟ ਯੂ ਥਿੰਕ, ਵਾਟ ਯੂ ਥਿੰਕ, ਵਾਟ ਯੂ ਥਿੰਕ ਸੁਖਦੇਵ, ਹਾਊ ਮੱਚ ਇਟ ਇਜ਼ ਮੈਂਡੇਟਰੀ ਫੋਰ ਅ ਕਮਿਊਨਿਟੀ ਇਫ ਦਿਸ ਕੋਰੀਡੋਰ ਗੋਨਾ ਗੈਟ ਓਪਨ? ਹਰਕੀਰਤ ਜੀ, ਦਿਸ ਇਜ਼ ਯੂ ਨੋ, ਦਿਸ ਇਜ਼ ਵੈਰੀ ਇੰਪੋਰਟੈਂਟ। ਅਗਰ ਆਪਾਂ ਦੇਖੀਏ ਪੰਜਾਬ ਇਸ ਵੇਲੇ ਬੋਥ ਪੰਜਾਬਸ ਆਰ ਸਿਟਿੰਗ ਔਨ ਦ ਕਸਪ ਆਫ ਨਿਊਕਲੀਅਰ ਵਾਰ ਜੀ। ਦਿਸ ਇਜ਼, ਇਹ ਸਿਰਫ 550 ਸਾਲਾਂ ਲਈ ਮਤਲਬ ਕੋਰੀਡੋਰ ਨਹੀਂ ਹੈਗਾ। ਦਿਸ ਮਤਲਬ ਦਿਸ ਇਜ਼ ਅ ਕੋਰੀਡੋਰ ਫਾਰ ਪੀਸ ਐਂਡ ਸਟੇਬਿਲਿਟੀ ਇਨ ਹੋਲ ਆਫ ਸਾਊਥ ਏਸ਼ੀਆ। ਈਵਨ ਵੀ ਕੈਨ ਆਲਸੋ ਸੀ ਇਨ ਦਿਸ ਵੇ, ਆਪਾਂ ਇਸ ਤਰੀਕੇ ਨਾਲ ਵੀ ਸੋਚ ਸਕਦੇ ਹਾਂ ਕਿ ਜਿਹੜੇ 18-19 ਸਾਲ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਉੱਥੇ ਪ੍ਰੀਚਿੰਗਸ ਔਰ ਆਪਣੀ ਜਿਹੜੀ ਉਹਨਾਂ ਨੇ ਦੇਣ ਉਸ ਧਰਤੀ ਨੂੰ ਦਿੱਤੀ ਕਰਤਾਰਪੁਰ ਸਾਹਿਬ ਨੂੰ, ਜਿੱਥੋਂ ਲੰਗਰ ਦੀ ਵੀ ਸ਼ੁਰੂਆਤ ਹੋਈ, ਤਾਂ ਇੱਕ ਮੌਕਾ ਹੈਗਾ ਦੋਵੇਂ ਮੁਲਕ ਆਪਸ ਦੇ ਵਿੱਚ ਅਗਰ ਇਹ ਫੈਸਲਾ ਸੁਣਾਉਂਦੇ ਹਨ ਤਾਂ ਕਿਤੇ ਨਾ ਕਿਤੇ ਇੱਕ ਅਮਨ ਸ਼ਾਂਤੀ ਦੀ ਜੋ ਕੋਈ ਗੱਲ ਹੁੰਦੀ ਹੈ, ਲਵ ਐਂਡ ਪੀਸ ਦੀ, ਤਾਂ ਇੱਥੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ। ਇੱਕ ਸੁਖਦੇਵ ਜੀ ਨੂੰ ਮੈਂ ਪੁੱਛਣਾ ਚਾਹਾਂਗਾ ਕਿ ਕਿਉਂਕਿ ਇੱਥੇ ਹੀ ਗੁਰੂ ਨਾਨਕ ਜੀ ਦੀ ਚਾਦਰ ਦੇ ਦੋ ਟੁਕੜੇ ਹੋਏ ਸੀਗੇ ਜੀ 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 ਜੀ। ਅਗਰ ਪੀਸ ਦੀ ਗੱਲ ਸ਼ੁਰੂ ਹੋਣ, ਅਗਰ ਹੋਣੀ ਚਾਹੀਦੀ ਹੈ ਤੇ ਇੱਥੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ। ਕਸ਼ਮੀਰ ਐਂਡ ਆਲ ਰੈਸਟ ਆਫ ਦ ਇਸ਼ੂਸ ਕੈਨ ਕਮ ਲੇਟਰ ਔਨ। ਮੈਂ ਤਾਂ ਇਹ ਕਹਿੰਦਾ ਜੀ ਕਿ ਸਾਡੇ ਸਿੱਖਾਂ ਨੂੰ ਐਂ ਸਮਝ ਲਓ ਕਿ ਸਾਨੂੰ ਇੱਕ ਦਸਵੰਧ ਆਫ ਪੀਸ ਦੇ ਦੇਣ ਜੀ ਜੀ। ਸਾਨੂੰ ਦਸਵੰਧ ਚਾਹੀਦੀ ਹੈ ਫਰੋਮ ਬੋਥ ਇੰਡੀਆ ਐਂਡ ਪਾਕਿਸਤਾਨ ਇਨ ਦ ਸ਼ੇਪ ਆਫ ਦਿਸ ਕੋਰੀਡੋਰ ਜੀ ਜੀ ਜੀ। ਤੁਸੀਂ ਕਿਆ ਚੀਜ਼ ਦੱਸੋ, ਤੁਸੀਂ ਹੁਣ ਤੱਕ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਅਪਰੋਚ ਕੀਤਾ, ਸੈਂਟਰਲ ਗਵਰਨਮੈਂਟ ਨੂੰ, ਉਹਨਾਂ ਦਾ ਕੀ ਰਿਸਪਾਂਸ ਰਿਹਾ ਇਹਦੇ ਤੇ, ਔਰ ਇਹਦੇ ਤੇ ਐਸਜੀਪੀਸੀ ਔਰ ਇਹਨਾਂ ਲੋਕਾਂ ਦਾ ਕੀ ਰਿਹਾ ਰਿਸਪਾਂਸ? ਐਸਜੀਪੀਸੀ ਹਾਂਜੀ ਜੀ ਜੀ, ਤੁਸੀਂ ਐਸਜੀਪੀਸੀ ਨੂੰ, ਡੀਐਸਜੀਐਮਸੀ ਨੂੰ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਅਪਰੋਚ ਕੀਤਾ, ਉਹਨਾਂ ਨੇ ਕੀ ਅਪਰੋਚ ਕੀਤਾ, ਉਹਨਾਂ ਦਾ ਪ੍ਰਤੀਕਰਮ ਕਿਵੇਂ ਸੀਗਾ, ਉਹਨਾਂ ਦੇ ਤਰਕ ਕੀ ਸੁਣਨ ਨੂੰ ਮਿਲੇ ਤੁਹਾਨੂੰ? ਹਾਂਜੀ, ਮੈਂ ਉਹੀ ਦੱਸ ਰਿਹਾ ਜੀ। ਮੈਂ ਇੱਥੇ ਜੀ ਆਰਟੀਆਈਸ ਤੋਂ ਕੰਮ ਸ਼ੁਰੂ ਕੀਤਾ ਬਹੁਤ ਸਾਲ ਪਹਿਲਾਂ। ਆਰਟੀਆਈਸ ਦੇ ਵਿੱਚ ਮੈਨੂੰ ਪੰਜਾਬ, ਬਹੁਤ ਸਾਲਾਂ ਦੇ ਬਾਅਦ ਪੰਜਾਬ ਗਵਰਨਮੈਂਟ ਦੀ ਸਿਰਫ ਇੱਕ ਰੈਜ਼ੋਲੂਸ਼ਨ ਮਿਲੀ ਹੈ ਜੋ ਕਿ ਉਹਨਾਂ ਨੇ ਪਾਸ ਕੀਤੀ ਹੈ 1 ਅਕਤੂਬਰ 2010 ਨੂੰ ਕਿ ਲਾਂਘਾ ਖੋਲਿਆ ਜਾਏ। ਉਸ ਤੋਂ ਬਾਅਦ ਉਹਨਾਂ ਨੇ 3 ਨਵੰਬਰ 2010 ਨੂੰ ਲੈਟਰਸ ਲਿਖਤੀ ਹੈ ਟੂ ਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਔਰ ਪੀਆਈਏ ਡਿਵੀਜ਼ਨ, ਔਰ ਉਹਨਾਂ ਨੇ ਲਿਖਤੀ ਹੈ ਜੀ ਅੰਡਰ ਸੈਕਟਰੀ ਹੋਮ ਨੂੰ। ਇਸ ਤੋਂ ਇਲਾਵਾ ਮੈਨੂੰ ਸਾਲ ਡੇਢ ਸਾਲ ਤੱਕ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਇਹਨਾਂ ਤੋਂ ਤੰਗ ਆ ਕੇ ਇੱਥੋਂ ਮੈਂ ਆਰਟੀਆਈਸ ਲਗਾਈਆਂ ਜੀ ਸੈਂਟਰਲ ਗਵਰਨਮੈਂਟ ਨੂੰ, ਔਰ ਇਹ ਰੀਸੈਂਟਲੀ ਪਿੱਛੇ 26 ਅਪ੍ਰੈਲ 2018 ਨੂੰ ਮੈਨੂੰ ਲੈਟਰ ਆਈ ਹੈ ਫਰੋਮ ਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ PAI ਡਿਵੀਜ਼ਨ, ਜਿੱਥੇ ਪੰਜਾਬ ਗਵਰਨਮੈਂਟ ਨੇ ਜਿਹਨੂੰ ਰਿਕਮੈਂਡੇਸ਼ਨ ਦਿੱਤੀ ਸੀ, ਉਹ ਕਹਿੰਦੇ ਹੈ ਜੀ ਕਿ ਸਾਡੀ ਮੀਟਿੰਗ ਹੋਈ ਹੈ ਔਨ June 27, 2008 ਸੁਖਦੇਵ ਜੀ, ਜਿਹੜੀ ਤਜਵੀਜ਼ ਰੱਖੀ ਜਾ ਰਹੀ ਹੈ ਇਹ ਵੀਜ਼ਾ ਫ੍ਰੀ ਟਰੈਵਲ ਰੱਖੀ ਜਾ ਰਹੀ ਹੈ ਵਿਦ ਇਨ ਦਿਸ ਕੋਰੀਡੋਰ, ਰਾਈਟ? ਹਾਂਜੀ ਹਾਂਜੀ। ਓਕੇ, ਸੋ ਨੋਬਡੀ ਨੀਡਸ ਵੀਜ਼ਾ, ਵੀਜ਼ਾ ਇਜ਼ ਨਾਟ ਮੈਂਡੇਟਰੀ ਫਾਰ ਦਿਸ ਟਰੈਵਲ। ਮੈਂ ਇਹ ਪ੍ਰਪੋਜ਼ ਕੀਤਾ ਜੀ ਕਿ ਇੱਕ ਟੂ ਵੇ ਕੋਰੀਡੋਰ ਬਣਾਓ ਫੈਂਸ ਫਰੋਮ ਬੋਥ ਸਾਈਡਸ। ਓਕੇ, ਜਾਣ ਲੱਗੇ ਆਧਾਰ ਕਾਰਡ ਰੱਖ ਲਓ, ਲਾਇਸੈਂਸ ਰੱਖ ਲਓ, ਜੇ ਤੁਹਾਨੂੰ ਜ਼ਿਆਦਾ ਹੀ ਦਿੱਕਤ ਹੈ ਫਿੰਗਰਪ੍ਰਿੰਟ ਲੈ ਲਓ ਜੀ, ਇੱਕ ਮੈਂ ਕਹਿੰਦਾ ਕੋਟਾ ਰੱਖ ਲਓ, ਔਰ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਸਾਈਡ ਦੇ ਆਸ ਪਾਸ ਬਹੁਤ ਮਤਲਬ ਫ੍ਰੀ ਲੈਂਡ, ਖਾਲੀ ਲੈਂਡ ਹੈ,
ਤੁਸੀਂ ਗੁਰਦੁਆਰਾ ਸਾਹਿਬ ਦੇ ਆਸ ਪਾਸ 20-25 ਫੁੱਟ ਉੱਚੀ ਦੀਵਾਰ ਬਣਾ ਦਿਓ, ਉਹਦੇ ਉੱਤੇ ਵਾਇਰਸ ਲਾ ਦਿਓ ਵਿਦ ਇਲੈਕਟ੍ਰਿਕ ਕਰੰਟ। ਪ੍ਰੋਬਲਮ ਕੀ ਹੈ, ਦਿੱਕਤ ਕੀ ਹੈ? ਓਕੇ, ਅਤੇ ਮੈਂ ਚਾਹਾਂਗਾ ਕਿ ਤੁਸੀਂ ਹੁਣ ਜਿਹੜੀ ਐਂਡ ਆਫ ਦਾ ਡੇ ਜੋ ਤੁਹਾਡੀ ਗੱਲ ਚੱਲ ਰਹੀ ਹੈ ਔਰ ਜੋ ਤੁਹਾਨੂੰ ਆਰ ਟੀ ਆਈ ਦੇ ਮਾਧਿਅਮ ਤੋਂ ਸਾਹਮਣੇ ਆਇਆ, ਤੁਹਾਨੂੰ ਕੀ ਲੱਗਦਾ ਹੈ ਔਰ ਨਵਜੋਤ ਸਿੰਘ ਸਿੱਧੂ ਦੀ ਜੱਫੀ ਆਰਮੀ ਚੀਫ ਬਾਜਵਾ ਨੂੰ, ਉਸਨੂੰ ਤੁਸੀਂ ਕਿਸ ਤਰੀਕੇ ਨਾਲ ਵੇਖ ਰਹੇ ਹੋ? ਆਪਣੇ ਕਲੋਜ਼ਿੰਗ ਕਮੈਂਟਸ ਇਸ ਮੁਤੱਲਕ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰੋ। ਮੈਂ ਤੁਹਾਡੇ ਜੀ ਕਲੋਜ਼ਿੰਗ ਤੋਂ ਥੋੜਾ ਜਿਹਾ ਜ਼ਿਆਦਾ ਟਾਈਮ ਲਊਗਾ। ਦੇਖੋ ਜੀ, ਬਾਜਵਾ ਜੀ ਨੂੰ ਜੱਫੀ ਵਾਸ ਮੇਰੇ ਖਿਆਲ ਨਾਲ ਇੱਕ ਵਾਸ ਸਪੋਂਟੇਨੀਅਸ ਜੈਸਚਰ ਆਫ ਹੈਪੀਨੈਸ। ਓਕੇ, ਇਹ ਇਹ ਸੁਣ ਕੇ ਕਿ ਵੀ ਵੀ ਆਰ ਰੈਡੀ, ਵੀ ਆਰ ਥਿੰਕਿੰਗ ਆਫ ਗਿਵਿੰਗ ਯੂ ਐਕਸੈਸ ਟੂ ਕਰਤਾਰਪੁਰ ਸਾਹਿਬ ਗੁਰਦੁਆਰਾ। ਔਰ ਨਵਜੋਤ ਸਿੰਘ ਸਿੱਧੂ ਜੀ ਨੂੰ ਤਾਂ ਹਜੇ ਰਿਟਨ ਪਰਮਿਸ਼ਨ ਵੀ ਨਹੀਂ ਮਿਲੀ ਹੈ। ਮੈਂ ਤੁਹਾਨੂੰ ਦੁਬਾਰਾ ਉਸ ਗੱਲ ਤੇ ਆ ਰਿਹਾ ਜੀ, ਜੋ ਕਿ ਬਹੁਤ ਵੱਡੀ ਗੱਲ ਮੈਂ ਕਰਨੀ ਜਾ ਰਿਹਾ। ਆਈ ਕੈਨ ਅੰਡਰਸਟੈਂਡ ਦੈਟ ਨਵਜੋਤ ਸਿੰਘ ਸਿੱਧੂ ਕੈਨ ਬੀ ਅ ਬ੍ਰਾਂਡ ਐਂਬੈਸਡਰ ਆਫ ਦਿਸ ਕਰਤਾਰਪੁਰ ਸਾਹਿਬ ਕੋਰੀਡੋਰ ਐਂਡ ਹੀ ਕੈਨ ਬੀ ਅ ਬ੍ਰਾਂਡ ਐਂਬੈਸਡਰ ਆਫ ਪੰਜਾਬ ਇਨ ਇੰਡੀਆ, ਸੋ ਦੈਟ ਐਂਡ ਆਫ ਦਾ ਡੇ ਉਹ ਆਪਣੀ ਗੱਲਾਂ ਜਿਹੜੀ ਹੈ ਮਨਵਾਉਣ ਇਮਰਾਨ ਖਾਨ ਤੋਂ, ਆਪਣੇ ਨਿੱਜੀ ਜਿਹੜੀ ਉਹਨਾਂ ਦੀ ਫਰੈਂਡਸ਼ਿਪ ਹੈਗੀ ਹੈ ਇਮਰਾਨ ਖਾਨ ਦੇ ਨਾਲ। ਨਿਊਯਾਰਕ, ਵਾਸ਼ਿੰਗਟਨ ਤੇ ਬਾਹਰ ਬੈਠੇ ਜਿੰਨੇ ਵੀ ਨਾਨਕ ਨਾਮ ਲੇਵਾ ਸੰਗਤ ਹੈ ਕਿ ਇੱਥੋਂ ਸਾਨੂੰ ਕੋਈ ਇੰਨੀ ਉਮੀਦ ਨਹੀਂ ਹੈਗੀ ਹੈ। ਤੁਸੀਂ ਆਨਰੇਬਲ ਮੈਮ ਨਿੱਕੀ ਆਰ ਹੇਲੀ ਨੂੰ ਤੇ ਪ੍ਰੈਸ਼ਰ ਪਾਓ। ਮੈਂ ਈਵਨ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਤੇ ਰੰਧਾਵਾ ਦਾ ਕਨੈਕਸ਼ਨ ਦੱਸਿਆ ਹੈ। ਅਜੀਤਾ ਸਿੰਘ ਰੰਧਾਵਾ ਜੀ ਦਾ ਖੂਹ ਸੀਗਾ ਜੀ ਡੇਰਾ ਬਾਬਾ ਨਾਨਕ, ਜਿੱਥੇ ਗੁਰੂ ਨਾਨਕ ਦੇਵ ਜੀ ਬੈਠ ਕੇ ਪ੍ਰੀਚ ਕਰਦੇ ਸੀਗੇ, ਔਰ ਉਹਨਾਂ ਨੇ ਮੇਰੇ ਤੋਂ ਇਹ ਸਾਰਾ ਪ੍ਰਪੋਜ਼ਲ ਖੁਦ ਮੰਗਾਇਆ ਹੈ ਮੈਮ ਨਿੱਕੀ ਆਰ ਹੇਲੀ ਨੇ। ਤੇ ਪਰ ਉਹ ਵੀ ਦੇਖੋ ਇੱਕ ਮਜਬੂਰ ਹੈ, ਆਈ ਐਮ ਅ ਸਿੰਪਲ ਪਰਸਨ। ਅਗਰ ਇੱਕ ਮੂਵਮੈਂਟ ਬਣਾਈ ਜਾਏ, ਇੱਕ ਸਿਗਨੇਚਰ ਕੈਂਪੇਨ ਤੁਹਾਡਾ ਮੀਡੀਆ ਵੀ ਚਲਾਏ, ਪ੍ਰੈਸ਼ਰ ਪਾਏ, ਉਹਨਾਂ ਨੂੰ ਲੈਟਰਸ ਲਿਖੋ, ਤੇ ਇਹ ਕੰਮ ਹੁਣ ਹੋਇਆ ਪਿਆ ਇਸ ਵੇਲੇ ਜੀ। ਇਸ ਤੋਂ ਵਧੀਆ ਮੌਕਾ ਸਾਨੂੰ ਨਹੀਂ ਮਿਲਣਾ ਜੀ। 53 ਈਅਰਸ ਤੋਂ ਉਹ ਪੁੱਲ ਬੰਦ ਪਿਆ, ਔਰ ਮਤਲਬ ਬਹੁਤ ਅਫਸੋਸ ਹੁੰਦਾ। ਇਟ ਇਜ਼, ਤੁਸੀਂ ਇਹ ਕਹਿ ਲਓ ਜੀ ਕਿ ਇਹ ਸਾਡਾ ਵੈਟੀਕਨ ਹੈ, ਇਟ ਇਜ਼ ਦਿਸ ਕਰਤਾਰਪੁਰ ਸਾਹਿਬ ਇਜ਼ ਦ ਸਿਟੀ ਜਿਹਦੀ ਫਾਊਂਡੇਸ਼ਨ ਗੁਰੂ ਨਾਨਕ ਦੇਵ ਜੀ ਨੇ ਰੱਖੀ ਹੈ। ਓਕੇ ਓਕੇ, ਠੀਕ ਹੈ ਜੀ। ਸੁਖਦੇਵ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਹੁਣ ਅਸੀਂ ਆਪਣੇ ਦਰਸ਼ਕਾਂ ਤੋਂ ਪੁੱਛ ਲੈਂਦੇ ਹਾਂ ਕਿ ਉਹ ਇਸ ਮੁਤੱਲਕ ਕੀ ਕੁਝ ਕਹਿਣਾ ਚਾਹੁੰਦੇ ਹਨ ਔਰ ਜਿਹੜੀ ਹੈ ਜੱਫੀ ਨੂੰ ਲੈ ਕੇ ਜਿਹੜੀ ਸਿਆਸਤ ਪੱਖੀ ਹੈ ਉਹਨੂੰ ਲੈ ਕੇ ਵੀ ਸਾਡੇ ਦਰਸ਼ਕ ਕੀ ਕੁਝ ਕਹਿਣਾ ਚਾਹੁੰਦੇ ਹਨ। ਮੈਂ ਵੇਖ ਪਾ ਰਿਹਾ ਕਿ ਕਾਫੀ ਸਾਡੇ ਕਾਲਰਸ ਨੇ ਸਾਨੂੰ ਕਾਲ ਕੀਤੀ ਹੈ। ਮੈਂ ਦਰਸ਼ਕਾਂ ਨੂੰ ਦਰਖਾਸਤ ਕਰਾਂਗਾ, ਜਿਨ੍ਹਾਂ ਕਾਲਰਸ ਨੇ ਮੈਨੂੰ ਕਾਲ ਕੀਤੀ ਹੈ, ਤੁਸੀਂ ਮੁੜ ਤੋਂ ਮੈਨੂੰ ਕਾਲ ਕਰ ਦਿਓ, ਮੈਂ ਕਿਊ ਦੇ ਵਿੱਚ ਪਾ ਰਿਹਾ। ਹੁਣ ਸਮਾਂ ਜੀ ਬ੍ਰੇਕ ਤੋਂ ਉਸ ਪਾਰ ਤੁਹਾਡੀ ਕਾਲਸ ਲੈਣ ਦਾ।